ਇਸ਼ਕ ਤੇਰੇ ਦੀ ਕਾਦਿਲ ਹੋ ਰਹੀ ਗਈ ਪਹਿਲਾਂ ਨਾਲੋਂ ਸੋਹਣੀ ਬੇਵਹਰ ਹੋ ਗਈ ਤੂੰ ਮੇਰੇ ਹੱਥਾਂ ਵਿੱਚ ਹਾਂਜੀ ਸਸਰੀ ਅਕਾਲ ਸਵਾਗਤ ਕਰਦੇ ਆ ਸਾਡੇ YouTube ਚੈਨਲ ਤੇ ਤੇ ਜਿਹੜਾ ਤੁਸੀਂ ਸਕਰੀਨ ਤੇ ਸਟੇਟਸ ਦੇਖ ਰਹੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸਟੇਟਸ ਰੱਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੇਕਰ ਆਪਣਾ ਚੈਨਲ ਤੁਹਾਨੂੰ ਵਧੀਆ ਲੱਗਦਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਇੱਥੇ ਆਪਾਂ ਸਭ ਤੋਂ ਪਹਿਲਾਂ ਆਪਾਂ ਕੈਨਵਾਸ ਓਪਨ ਕਰ ਲੈਣਾਗਾ ਕੈਨਵਸ ਓਪਨ ਕਰਨ ਤੋਂ ਬਾਅਦ ਆਪਾਂ ਕ੍ਰੀਟ ਨਿਊ ਤੇ ਕਲਿੱਕ ਕਰਕੇ 4.5 ਵਾਲਾ ਜਿਹੜਾ ਆਪਾਂ ਸਾਈਜ਼ ਸਿਲੈਕਟ ਕਰ ਲੈਣਾਗਾ ਸਾਈਜ਼ ਸਿਲੈਕਟ ਕਰਨ ਤੋਂ ਬਾਅਦ ਆਪਾਂ ਇੱਥੇ ਸਭ ਤੋਂ ਪਹਿਲਾਂ ਫੋਟੋ ਆਪਣੀ ਜਿਹੜੀ ਸਿਲੈਕਟ ਕਰ ਲੈਨੇ ਆ ਜਿਹਦੀ ਤੇ ਆਪਾਂ ਫਕ ਲਾਉਣਾਗਾ ਜਿਵੇਂ ਕਿ ਆਪਾਂ ਆ ਫੋਟੋ ਜਿਹੜੀ ਸਿਲੈਕਟ ਕਰ ਲੈਨੇ ਆ ਇਸ ਤੋਂ ਬਾਅਦ ਆਪਾਂ ਫੋਟੋ ਦੀ ਲੇਅਰ ਆ ਜਿਹੜੀ ਸਭ ਤੋਂ ਪਹਿਲਾਂ ਆਪਾਂ 28 ਸੈਕਿੰਡ ਤੱਕ ਕਰ ਦੇਣੀ ਹੈਗੀ ਇਸ ਤੋਂ ਬਾਅਦ ਆਪਾਂ ਪੋਜੀਸ਼ਨ ਵਾਲੇ ਤੇ ਜਾ ਕੇ ਫੁੱਟ ਨੂੰ ਇਦਾਂ ਆਪਾਂ ਸਕਰੀਨ ਤੇ ਇਦਾਂ ਸੈੱਟ ਕਰ ਦੇਣਾਗਾ ਇਸ ਤਰ੍ਹਾਂ ਇਸ ਤੋਂ ਬਾਅਦ ਆਪਾਂ ਇਹਦੀ ਪੋਜੀਸ਼ਨ ਜਿਹੜੀ ਲੋਕ ਕਰ ਦੇਣੀ ਆ ਲੋਕ ਕਰਨ ਤੋਂ ਬਾਅਦ ਆਪਾਂ ਲਿਰਮਟ ਤੇ ਜਾ ਕੇ ਆਪਣਾ ਜਿਹੜਾ ਫੈਕਟਰ ਹੈਗਾ ਉਹ ਆਪਾਂ ਜਿਹੜਾ ਸਿਲੈਕਟ ਕਰ ਲੈਨੇ ਆ ਫੈਕਟਰ ਸਿਲੈਕਟ ਕਰਨ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਸਪਲੈਂਡ ਸਕਰੀਨ ਤੇ ਜਾ ਕੇ ਫੁੱਲ ਸਕਰੀਨ ਕਰ ਦੇਣਾਗਾ ਫੁੱਲ ਸਕਰੀਨ ਕਰਨ ਤੋਂ ਬਾਅਦ ਆਪਾਂ ਬਲੈਂਡਿੰਗ ਤੇ ਜਾ ਕੇ ਇਸ ਨੂੰ ਜਿਹੜਾ ਆਪਾਂ ਸਕਰੀਨ ਕਰ ਦੇਣਾਗਾ ਸਕਰੀਨ ਕਰਨ ਤੋਂ ਬਾਅਦ ਇਹਦੀ ਆਪਾਂ ਥੋੜੀ ਜੀ ਐਡਜਸਟਮੈਂਟ ਆ ਜਿਹੜੀ ਕਰ ਲੈਣੀ ਆ ਤਾਂ ਕਿ ਜਿਹੜਾ ਇਦਾਂ ਕਲੀਅਰ ਜੇ ਲੱਗੇ ਉਸ ਤੋਂ ਬਾਅਦ ਆਪਾਂ ਜਿਹੜਾ ਲਿਰਮਟ ਤੇ ਜਾ ਕੇ ਜਿਹੜਾ ਆਪਣਾ ਰੈੱਡ ਸਕਰੀਨ ਵਾਲਾ ਸਟੇਟਸ ਆ ਉਹ ਆਪਾਂ ਜਿਹੜਾ ਸਿਲੈਕਟ ਕਰ ਲੈਨੇ ਆ ਰੈੱਡ ਸਕਰੀਨ ਜਿਹੜੀ ਸਿਲੈਕਟ ਕਰਨ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਕਰੋਮਾ ਕਿਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਐਨੇਬਲ ਕਰ ਦੇਣਾ ਹੈਗਾ ਐਨੇਬਲ ਕਰਨ ਤੋਂ ਬਾਅਦ ਇਹਦਾ ਆਪਾਂ نیچے ਨੂੰ ਸੈੱਟ ਕਰ ਦੇਣਾ ਹੈਗਾ ਸੈੱਟ ਕਰਨ ਤੋਂ ਬਾਅਦ ਆਪਾਂ ਲਿਰਮਟ ਤੇ ਜਾ ਕੇ ਜਿਹੜਾ ਆਪਣਾ ਬਾਰਡਰ ਆ ਬਾਰਡਰ ਜਿਹੜਾ ਆਪਾਂ ਸਿਲੈਕਟ ਕਰ ਲੈਨੇ ਆ ਬਾਰਡਰ ਸਿਲੈਕਟ ਕਰਨ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਸਪਲੈਂਡ ਸਕਰੀਨ ਤੇ ਜਾ ਕੇ ਫੁੱਲ ਸਕਰੀਨ ਕਰ ਦੇਣਾਗਾ ਫੁੱਲ ਸਕਰੀਨ ਕਰਨ ਤੋਂ ਬਾਅਦ ਆਪਾਂ ਬਲੈਂਕ ਤੇ ਜਾ ਕੇ ਇਸ ਨੂੰ ਆਪਾਂ ਜਿਹੜਾ ਸਕਰੀਨ ਕਰ ਦੇਣਾਗਾ ਸਕਰੀਨ ਕਰਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਲੇਅਰ ਫੁੱਲ ਕਰ ਦੇਣੀ ਆ ਲੇਅਰ ਫੁੱਲ ਕਰਨ ਤੋਂ ਬਾਅਦ ਆਪਾਂ ਇਹਦਾ ਇੱਕ ਡੁਪਲੀਕੇਟ ਜਿਹੜਾ ਤਿਆਰ ਕਰ ਲੈਣਾਗਾ ਡੁਪਲੀਕੇਟ ਜਿਹੜਾ ਤਿਆਰ ਕਰ ਲਿਆ ਆਪਾਂ ਇਸ ਨੂੰ ਆਪਾਂ ਜਿਹੜਾ ਦਾ ਰੀਟੂਟ ਕਰਕੇ ਟੇਟਾ ਕਰ ਦੇਣਾ ਤਾਂ ਕਿ ਜਿਹੜਾ ਬਾਰਡਰ ਆਪਣਾ ਚਾੜੇ ਪਾਸੇ ਜਿਹੜਾ ਸੈੱਟ ਹੋ ਜਾਈ ਤੁਸੀਂ ਦੇਖ ਸਕਦੇ ਹੋ ਇਦਾਂ ਜਿਹੜਾ ਆਪਣਾ ਸਟੇਟਸ ਬਣ ਕੇ ਤਿਆਰ ਹੈ ਇਸ ਤਰ੍ਹਾਂ ਤੁਸੀਂ ਜਿਹੜਾ ਸ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਆਪਣਾ ਫੈਕਟਰ ਤੁਹਾਨੂੰ ਕਿਵੇਂ ਦਾ ਲੱਗ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖ ਲਈ ਧੰਨਵਾਦ ਸ਼ੁਕਰੀ